सिद्धू मूसेवाले का कतल मैं करवाया है, शरेआम कतल की जिम्मेदारी ली है। तिहाड़ जेल दे विच बैठे लॉरेंस बिश्नोई ने, पर पंजाब पुलिस के हाथ हाले तक खाली दे खाली ने। मुख्यमंत्री मान मूसा पिंड दे विच मापियां दे कोल दर्द वंडाउण लई पहुंचे। मापे पूरा घंटा इंसाफ दे लई विलकदे रहे। हुण देखो सीएम साहब दी पुलिस मसला सुलझाउण दे विच किन्ना समां लवेगी, जदों कातल भी कह रहे ने चीकां मार मार के कि असी कतल करवाया, असी कतल कीता। लॉरेंस बिश्नोई तो बाद हुण जग्गू भगवानपुरिया नूं भी मौत दा खतरा पैदा हो गया है। जग्गू दी मां हाईकोर्ट दे विच पहुंची है। हाईकोर्ट तो अपने पुत दे लई बुलेट प्रूफ गड्डी अते जैकेट मंगी है। साबका जेल मंत्री ने जेलां दे अंदरले सच सुनाए ने ते उन्हां दे मूहों वड्डे खुलासे सुन के मूँह दे विच उंगलां पै जाणगियां। बुलेटिन दे विच विस्तार सुन दसांगे। नौजवानां दीआं कलमां भी लिख रहीआं ने, ਇਹ ਬੁੱਢੀ ਸਿਆਸਤ ਵੀ ਮਿੱਤਰੋ ਨੌਜਵਾਨਾਂ ਦੇ ਜਿਸਮ ਦਾ ਝੋਕਾ ਲਾਉਂਦੀ ਹੈ। ਬਾਜੇ ਖਾਨੇ ਵਾਲਿਆ ਬਲ ਦੇ ਸਿਵਿਆਂ ਤੇ ਫਿਰ ਆਪਣੀਆਂ ਰੋਟੀਆਂ ਪਕਾਉਂਦੀ ਹੈ। ਬਸੰਤ ਸਿੰਘ ਬਾਜਾ ਖਾਨਾ ਨੇ ਇਹ ਲਾਈਨਾਂ ਲਿਖੀਆਂ ਨੇ। ਜਥੇਦਾਰ ਨੂੰ ਸੈਂਟਰ ਸਰਕਾਰ ਨੇ ਜ਼ੈਡ ਸੁਰੱਖਿਆ ਦੇ ਦਿੱਤੀ ਹੈ। ਪ੍ਰਵਾਨ ਕਰਨਗੇ ਜਾਂ ਠੁਕਰਾਉਣਗੇ ਇਹ ਹਾਲੇ ਨਹੀਂ ਪਤਾ। ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਨੇ ਸੰਗਰੂਰ ਜ਼ਿਮਨੀ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਹੈ। ਸਤਿ ਸ੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਐਮਰਜੈਂਸੀ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ। ਬੁਲੇਟਿਨ ਦੇ ਵਿੱਚ ਦੱਸਾਂਗੇ ਸਾਰੀਆਂ ਵੱਡੀਆਂ ਤਾਜ਼ਾ ਤੇ ਅਹਿਮ ਖਬਰਾਂ। ਸ਼ੁਰੂਆਤ ਕਰਾਂਗੇ ਕੱਲ੍ਹ ਦੀ ਲੋਕ ਰਾਏ ਦੇ ਨਤੀਜੇ ਤੋਂ। ਕੱਲ੍ਹ ਦੀ ਲੋਕ ਰਾਏ ਸੀ ਕਿ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਵੱਧ ਸੁਰੱਖਿਆ ਮੰਗ ਰਹੇ ਲੀਡਰਾਂ ਨੂੰ ਹਾਈਕੋਰਟ ਨੇ ਕਿਹਾ ਕਿ ਜੇ 2 ਤੋਂ ਵੱਧ ਗਾਰਡ ਚਾਹੀਦੇ ਨੇ ਤਾਂ ਖਰਚਾ ਆਪ ਕਰਨਾ ਪਊ ਤੁਹਾਨੂੰ। ਤੁਸੀਂ ਹਾਈਕੋਰਟ ਦੇ ਇਸ ਹੁਕਮ ਦੇ ਨਾਲ ਸਹਿਮਤ ਹੋ ਤਾਂ ਸਾਡੇ 99% ਦਰਸ਼ਕਾਂ ਨੇ ਸਹਿਮਤੀ ਜਤਾਈ ਹੈ, ਜਦਕਿ ਸਿਰਫ 1% ਅਸਹਿਮਤ ਵੀ ਨੇ। ਅੱਜ ਦੀ ਲੋਕ ਰਾਏ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸੈਂਟਰ ਸਰਕਾਰ ਨੇ ਜ਼ੈੱਡ ਸੁਰੱਖਿਆ ਦਿੱਤੀ ਹੈ। ਕਿ ਜਥੇਦਾਰ ਨੂੰ ਇਹ ਸੁਰੱਖਿਆ ਲੈ ਲੈਣੀ ਚਾਹੀਦੀ ਹੈ ਜਾਂ ਫਿਰ ਨਹੀਂ? ਜੇ ਤੁਹਾਨੂੰ ਲੱਗਦਾ ਲੈਣੀ ਚਾਹੀਦੀ ਹੈ ਯੈਸ ਜਾਂ ਹਾਂ ਲਿਖਿਓ, ਜੇ ਤੁਹਾਨੂੰ ਲੱਗਦਾ ਨਹੀਂ ਲੈਣੀ ਚਾਹੀਦੀ ਨੋ ਜਾਂ ਨਾ ਲਿਖਿਓ। ਖਬਰਾਂ ਵਿਸਥਾਰ ਦੇ ਨਾਲ, ਗੱਲ ਪਹਿਲਾਂ ਪੰਜਾਬ ਦੀ। ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਬ ਨਾ ਆਇਓ। ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਬਾਣੀ ਦੇ ਬੋਹਿਤ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਦਾ ਸ਼ਹੀਦੀ ਦਿਹਾੜਾ ਪੂਰੀ ਦੁਨੀਆ ਦੇ ਵਿੱਚ ਵਸਦੀ ਸਿੱਖ ਸੰਗਤ ਦੇ ਵੱਲੋਂ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ। ਗੁਰੂ ਸਾਹਿਬ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜਿੱਥੇ ਅਖੰਡ ਪਾਠ ਦੇ ਭੋਗ ਪਾਏ ਜਾਂਦੇ ਨੇ, ਨਗਰ ਕੀਰਤਨ ਸਜਾਏ ਜਾਂਦੇ ਨੇ, ਉੱਥੇ ਹੀ ਵੱਖ ਵੱਖ ਥਾਵਾਂ ਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਾਈਆਂ ਜਾਂਦੀਆਂ ਨੇ ਅਤੇ ਸੁਖਮਨੀ ਸਾਹਿਬ ਦੇ ਪਾਠ ਨੇ ਜਿਹੜੇ ਉਹਨਾਂ ਦੀ ਧੁਨੀ ਗੂੰਜਦੀ ਸੁਣਾਈ ਦਿੰਦੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਸ਼ਹੀਦੀ ਦਿਹਾੜੇ ਮੌਕੇ ਸੰਗਤ ਦੇ ਨਾਮ ਸੰਦੇਸ਼ ਦਿੱਤਾ ਹੈ। ਅਣਖ ਤੇ ਗੈਰਤ ਦੇ ਨਾਲ ਜਿਉਣਾ ਸਿਖਾਉਂਦੀ ਹੈ ਗੁਰੂ ਸਾਹਿਬ ਦੀ ਲਾਸਾਨੀ ਸ਼ਹਾਦਤ, ਇਹ ਕਿਹਾ ਜਥੇਦਾਰ ਨੇ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਰੂਪ ਦੇ ਵਿੱਚ ਸਿੱਖ ਕੌਮ ਨੂੰ ਇੱਕ ਮਹਾਨ ਕੇਂਦਰੀ ਸਥਾਨ, ਤੀਰਥ ਸਥਾਨ ਬਖਸ਼ਿਸ਼ ਕੀਤਾ। ਉਸ ਵਕਤ ਦੀ ਹਕੂਮਤ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਤਤੀਆਂ ਤਵੀਆਂ 'ਤੇ ਬਿਠਾ ਕੇ ਅੱਜ ਦੇ ਦਿਨ ਲਾਹੌਰ ਦੀ ਧਰਤੀ ਦੇ ਉੱਤੇ ਗੁਰਦੁਆਰਾ ਡੇਰਾ ਸਾਹਿਬ ਦੇ ਸਥਾਨ ਦੇ ਉੱਤੇ ਸ਼ਹੀਦ ਕੀਤਾ। ਮੈਂ ਸਮੁੱਚੀਆਂ ਸਿੱਖ ਸੰਗਤਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਇਹ ਮਹਾਨ ਸ਼ਹਾਦਤਾਂ ਸਾਡੇ ਗੁਰੂ ਸਾਹਿਬਾਨ ਦੀਆਂ, ਸਾਡੇ ਮਹਾਨ ਯੋਧਿਆਂ ਦੀਆਂ, ਸੂਰਬੀਰਾਂ ਦੀਆਂ ਹਮੇਸ਼ਾ ਹੀ ਸਾਡੇ ਲਈ ਪ੍ਰੇਰਣਾ ਸਰੋਤ ਰਹੀਆਂ ਨੇ, ਪ੍ਰੇਰਣਾ ਸਰੋਤ ਰਹਿਣਗੀਆਂ ਅਤੇ ਹਮੇਸ਼ਾ ਹੀ ਇਹਨਾਂ ਤੋਂ ਪ੍ਰੇਰਣਾ ਜਿਹੜੀ ਹੈ ਉਹ ਲੈਣੀ ਚਾਹੀਦੀ ਹੈ। ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਉਪਦੇਸ਼, ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸਿੱਖਿਆ ਜਿੱਥੇ ਮਨੁੱਖੀ ਦਿਲਾਂ ਨੂੰ ਠਾਰਦੀ ਹੈ ਉੱਥੇ ਸ਼ਹਾਦਤ ਇੱਕ ਅਣਖ ਦੇ ਨਾਲ, ਗੈਰਤ ਦੇ ਨਾਲ ਜਿਉਣਾ ਵੀ ਸਾਨੂੰ ਜਿਹੜਾ ਉਹ ਸਿਖਾਉਂਦੀ ਹੈ। ਆਓ ਸਾਰੇ ਰਲ ਮਿਲ ਕੇ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਦੇ ਮੌਕੇ 'ਤੇ ਪ੍ਰਣ ਕਰੀਏ, ਸਾਬਤ ਸੁਰਤ ਹੋਈਏ, ਖੰਡੇ ਬਾਟ ਦੀ ਪਹੁਲ ਛਕੀਏ, ਗੁਰੂ ਵਾਲੇ ਬਣੀਏ। 3 ਜੂਨ 1984 ਦੇ ਨਾਲ ਇੱਕ ਵੱਡਾ ਹੋਰ ਇਤਿਹਾਸ ਜੁੜਿਆ ਹੋਇਆ। 3 ਜੂਨ 1984 ਨੂੰ ਪੰਚਮ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ ਸੀ, ਜਦੋਂ 38 ਸਾਲ ਪਹਿਲਾਂ, ਪਰ ਉਹ ਭਾਰਤ ਦੀ ਫੌਜ ਨੇ, ਭਾਰਤ ਸਰਕਾਰ ਨੇ ਨਹੀਂ ਮਨਾਉਣ ਦਿੱਤਾ ਸੀ। ਹਾਲਾਂਕਿ ਵੱਡੀ ਗਿਣਤੀ ਵਿੱਚ ਸੰਗਤ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚੀ ਹੋਈ ਸੀ, ਪਰ ਸ਼ਹੀਦੀ ਦਿਹਾੜੇ ਮੌਕੇ ਹੀ ਸਰਕਾਰ ਨੇ 36 ਘੰਟੇ ਦੇ ਕਰਫਿਊ ਦਾ ਫਰਮਾਨ ਸੁਣਾ ਦਿੱਤਾ ਸੀ ਤਾਂ ਕਿ ਕੋਈ ਅੰਦਰੋਂ ਬਾਹਰ ਜਾਂ ਫਿਰ ਬਾਹਰੋਂ ਅੰਦਰ ਆ ਜਾ ਨਾ ਸਕੇ। ਸੰਗਤ ਨੂੰ ਇੱਕ ਤਰੀਕੇ ਦੇ ਨਾਲ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਪਰਿਸਰ ਦੇ ਅੰਦਰ ਕੈਦ ਕਰ ਦਿੱਤਾ ਗਿਆ ਸੀ। ਰੋਜ਼ਾਨਾ ਅਸੀਂ ਉਹਨਾਂ 10 ਦਿਨਾਂ ਦਾ ਇਤਿਹਾਸ ਸੁਣਾਉਂਦੇ ਹਾਂ। 1 ਤੋਂ ਲੈ ਕੇ 3 ਤਰੀਕ ਹੋ ਚੁੱਕੀ ਹੈ, 3 ਤੋਂ ਬਾਅਦ 10 ਤਰੀਕ ਤੱਕ ਲਗਾਤਾਰ ਜਿਹੜਾ ਜੂਨ 84 ਘੱਲੂਕਾਰ ਹੈ ਉਸ ਦਾ ਇਤਿਹਾਸ ਸੰਖੇਪ ਰੂਪ ਦੇ ਵਿੱਚ ਅਸੀਂ ਤੁਹਾਨੂੰ ਖਬਰਾਂ ਦੇ ਵਿੱਚ ਦੱਸਦੇ ਰਹਾਂਗੇ। ਖਬਰਾਂ ਦੇ ਵਿੱਚ ਹੁਣ ਸਭ ਤੋਂ ਵੱਡੀ ਖਬਰ ਦੀ ਗੱਲ ਕਰਦੇ ਹਾਂ। ਕੇਂਦਰ
सरकार दे वलों श्री अकाल तख्त साहिब दे कार्यकारी जथेदार ज्ञानी हरप्रीत सिंह नूं जेड सिक्योरिटी दित्ते जाण तों बाद धर्म संकट दे विच फस गए ने। जथेदार ज्ञानी हरप्रीत सिंह जिहड़े अक्सर ही केंद्र सरकार तों सिखां नूं खतरा होण प्रति सुचेत करदे आ रहे ने, उन्हां लई हुण कसूती स्थिति बण गई है। इस तों पहलां पंजाब सरकार दे वलों जथेदार दी अद्धी सुरक्षा वापस लै ली गई सी, उन्हां ने रोस वजों रहिंदी सुरक्षा वी वापस भेज दित्ती सी, यानी कि तीन सुरक्षा कर्मी सरकार ने वापस लै लए, तीन जथेदार ने वापस भेजते सी ते हुण SGPC दे वलों उन्हां नूं सुरक्षा दित्ती गई है। केंद्र सरकार पिछले समय तो सिखां नाल नेड़ता वधाउण दा हीला कर रही है। देश के प्रधानमंत्री नरेंद्र मोदी सिखां दे वफदां दे नाल मीटिंगां करके अपना हेज जता चुके ने। इस तो पहलां गृह मंत्री अमित शाह ने भी जथेदार श्री अकाल तख्त साहिब दे नाल कुछ समा पहलां बंद कमरा बैठक की सी। केंद्र सरकार ने इस पेशकश दे नाल असिद्धे तौर पर हुण पंजाब दी आम आदमी पार्टी की सरकार ते निशाना विन ही दिता है। केंद्र सरकार की पेशकश उत्ते सियासी लीडरां दे वक्खो वक्खरे विचार भी आ चुके ने। BJP लीडर मनजिंदर सिरसा कहिंदे ने कि मैनूं लगदा है कि जथेदार सिक्योरिटी स्वीकार करन जां ना, इह तां उहनां दी मर्जी है, पर जथेदार इसकी अहमियत को दर्शाएंगे, इसकी मैं आस है। सिक्योरिटी कहते कोई स्टेटस का मुद्दा नहीं है, सुरक्षा का मुद्दा है, उन्होंने अज की घड़ी सुरक्षा की बेहद लोड़ है। सिक्योरिटी जी है किसी का स्टेटस सिंबल नहीं, ये जान की सुरक्षा वास्ते है। और केंद्र सरकार ने प्रोपर वो असैसमेंट करके, क्योंकि पिछले दिनों के अंदर यह बहुत बवाल बनाया गया कि असी फलाण की सिक्योरिटी उतार ली, असी फलाण की सिक्योरिटी उतार ली, असी स्टेटस सिंबल उतारता, असी VIP कल्चर, ऐसा नहीं होंगे। सिक्योरिटी जी वो एक टैंपोरल हैड ने जथेदार अकाल तख्त साहिब या कोई भी रिलीजियस हैड हो, बहुत वड्डी मानता होंदी आ। कल नूं कोई वजह कथा हो जाए, रब ना करे छोटी जी भी कोई घटना घटे, वह देश भर च बहुत वड्डा प्रभाव हो सकता। इस करके मैं धन्यवाद करदा देश के गृह मंत्री श्री अमित शाह जी का, केंद्र मंत्रालय का, जिन्हां ने इस गल नूं महसूस किया और उन्हां दी एडुकेट और एपोप्रिएट जो उन्हां दी थ्रेट परसैप्शन सी उहदे मुताबक उन्हां नूं सुरक्षा मुहैया कराई आ। अकाली लीडर विरसा सिंह वलटोहा ने कहा कि देश की केंद्र सरकार नूं पता लग गया कि जथेदार नूं जेड प्लस सिक्योरिटी चाहिए है, पर साडी सूबा सरकार ने उन्हां दे 6 गनमैनां दे विचों भी अद्धे एह कह के वापस बुला लए सी कि जथेदार नूं तां सिक्योरिटी की लोड़ ही नहीं है, हुण असीं कित्थे जाइए। इहदा मतलब तां इह होया कि किसी की भी सिक्योरिटी वापस लैण तों पहलां कोई रिव्यू क्यों नहीं किया जा रहा, क्यों नहीं लिया जा रहा। वलटोहा ने कहा कि जथेदार की सिक्योरिटी हर हालत में होनी जरूरी है। उधर SGPC के मैंबर गुरचरण सिंह गरेवाल ने कहा कि केंद्र सरकार ने अपने मुताबिक जथेदार के रुतबे की अहमियत करदिया सिक्योरिटी की पेशकश की है, वह असी सत्कार करते हैं, पर हुण जथेदार तय करनगे कि उन्होंने सिक्योरिटी लैनी है या नहीं। गुरचरण सिंह गरेवाल ने केंद्र सरकार की पेशकश का धन्यवाद जरूर किया है। तो खबरां पढ़े जाने तक जथेदार का कोई प्रतिक्रम नहीं आया सी, देखना होएगा कि जथेदार साहिब सिक्योरिटी लेंदे ने जां फिर नहीं, क्योंकि धर्म संकट दे विच सी तां कह रहे हैं, क्योंकि जदों पिछले दिन ही सुरक्षा वापस की सी तां सिख नौजवानों ने खास करके वड्डी हल्लाशेरी दित्ती सी जथेदारां नूं कि तुहानूं इह दुनियावी जिहड़ी सिक्योरिटी उहदी लोड़ ही नहीं है, तुहाडी सिक्योरिटी दे विच सरकारां दी जिहड़ी पुलिस है उह तैनात होणी ही नहीं चाहीदी, क्योंकि कितना कितने जासूसी होंदी है जथेदारां दी। उस तो बाद जथेदारां ने आप शस्त्र धारण कर ले सी, अकाल तख्त साहब के जथेदार ने सिक्योरिटी मना की, उस तो बाद तख्त श्री केसगढ़ साहब के जथेदार ने मना की, फिर पटना साहब के जथेदार ने भी पंजाब वाली सिक्योरिटी लैन तो इनकार कर दिता सी। हुण देखो कि जेड सिक्योरिटी जथेदार कबूलते ने जां फिर नहीं। पंजाब के मुख्यमंत्री भगवंत सिंह मान सख्त सुरक्षा प्रबंधा हेठ मानसा के पिंड मूसा पहुंचे, मूसे वाले के परिवार के नाल दुख साझा किया। मशहूर पंजाबी गायक जिन्हां नूं हुण मरहूम पंजाबी गायक ही कहा जाऊगा, शुभदीप सिंह उर्फ सिद्धू मूसेवाले की मौत तो 5 दिन बाद मुख्यमंत्री उन्होंने घरे अफसोस करन दे लई पहुंचे। आम आदमी पार्टी पंजाब ने ट्विटर हैंडल से भी ट्वीट करके जानकारी दी कि मुख्यमंत्री भगवंत सिंह मान वालों मरहूम शुभदीप सिंह सिद्धू मूसेवाले के परिवार नाल दुख वंडाया गया। मुख्यमंत्री ने भगवंत मान के परिवार को भरोसा दवाया कि छेती कातलों को फड़ा जाएगा, किसी कीमत से दोषियों को बख्शिया नहीं जाएगा। मापिया ने भी मुख्यमंत्री तो सिर्फ ते सिर्फ कातलों की सजा मंगी है, पुत दे कतल दा इंसाफ मंगिया, घंटा मुलाकात हुई, वारी वारी हाथ जोड़ के यही कहंदे रहे बस इंसाफ दे दिओ, पुत दी कहर भरी मौत दा होर कुछ भी नहीं चाहिदा। हालांकि पिंड वासी मूसेवाले के नाते पिंड विच स्टेडियम अते मानसा जिले दे विच वधिया हस्पताल ते कॉलेज खोलण दी भी मंग कर रहे हैं, पर मापिया नूं हाल दी कड़ी कुछ भी नहीं सोच रहा, ते जिहड़ा भी अफसोस करन आ रहा है वह भी यही मंग कर रहा है कि सब तो पहला इंसाफ चाहिदा, होर कुछ नहीं। ते मुख्यमंत्री दे पिंड आउण दी चर्चा कारण पुलिस ने मूसा पिंड वाल आउण वाले सारे राहां नूं पुलिस छौणी विच बदल दिता सी। इस दौरान मुख्यमंत्री भगवंत मान हैलीकॉप्टर राही पहला बणा वाली थर्मल पहुंचे, जिथों उन्हां नूं सड़की राह राही सिद्धू मूसेवाले दे घर लिजाया गया। मुख्यमंत्री दे दौरे नूं देखदिआं पुलिस दी भारी नफरी नूं देखदिआं होइआं पिंड वासियां ने तिखा विरोध भी जताया। पुलिस प्रशासन दे वल्लों सुरक्षा दे मद्देनज़र तकरीबन 20 किलोमीटर दे घेरे विच भारी पुलिस फोर्स तैनात कीती हुई सी। पिंड वासियां नूं पुलिस दीआं रोकां कारण
परेशानियां का सामना करना पिया, जिस करके मूसे दे लोकां विच भारी रोस पाया गया। पिंड वासियां ने कहा कि पुलिस उन्हां नूं रोक के बिना वजह परेशान कर रही है। पिंड वासियां ने सरदूलगढ़ तो आम आदमी पार्टी के विधायक गुरप्रीत सिंह बणावाली नूं भी वापस मोड़ दिता, जो मुख्यमंत्री के दौरे कारण पिंड पहुंचे सन। हालांकि बणावाली इस तो पहला परिवार नाल दुख सांझा कर चुके ने। रोह विच आए पिंड वासियां ने दोष लाया कि 5-5 किलोमीटर तो ही पिंड वालियां नूं कहा जा रहा है कि पैदल चले जाओ, पिंड विच ना कोई दुध वाला आ रहा है, ना ही पानी वाला, ना ही बच्चे स्कूल जा पा रहे ने, पिंड दी घेराबंदी कीते जाण दा पिंड वालियां ने इल्जाम लाया। नाराज लोगों ने प्रदर्शन करना भी शुरू कर दिया, चेतावनी दी कि वह सीएम नूं पिंड विच दाखल नहीं होण देणगे। लोगों ने आम आदमी पार्टी ते दोष लाए कि मूसे वाले का कतल सरकार की अणगहली करके ही होया है। इस मौके पिंड वासियों ने पुलिस अधिकारियों नूं भी खरियां खरियां सुना दित्तियां कि जे पुलिस सुरक्षा ना हटाई होंगी तो अज सिद्धू मूसे वाला साढ़े सब दे विचाले होना सी। दो पुलिस मुलाजम वापस सद्दन वाली सरकार अज हजारां पुलिस मुलाजम तैनात कर रही है कि इहदे नाल खजाने ते बोझ नहीं पै रहा। सो इस तरह के तिखे सवालों का सामना पुलिस नूं करना पिया है ते तिखे सवालों का सामना पुलिस नूं कांग्रेस दे लीडर कुलदीप सिंह जीरा तो भी करना पिया। पुलिस दे नाल इत्थे कुलबीर सिंह जीरा उलझ पए क्योंकि पुलिस किसी नूं भी अंदर जाण नहीं दे रही सी। कुलबीर सिंह जीरा अफसोस करन लई पहुंचे हुए सी, पुलिस ने लगातार रोक के रखिया। तो उन्होंने भी कहा कि यह तुसीं मैनूं पहला कागज़ दिखाओ, ऑर्डर दिखाओ जिहदे विच लिखा होए कि मैनूं अंदर नहीं जाण देना। कहिंदे जिन्नी सुरक्षा तुसीं अज लई है ना, जे तुसीं उहनूं चार जणे दित्ते हुंदे तां इह दिन ना देखणे पैंदे। लिआओ दिओ मैनूं किहड़े ऑर्डर, किहने कहि लिआओ दस्सो मैनूं। आम आदमी पार्टी ने कांग्रेस से इल्जाम लाया है कि सारा कुछ है जिहड़ा पिंड मूसे दे विच जिहड़ा विरोध होया वह कांग्रेस दे कारण होया। ANI दे मुताबिक उन्होंने कहा मालविंदर सिंह कंग ने जिहड़े कि आम आदमी पार्टी के बुलारे ने, कहिंदे जेकर पंजाब दे मुख्यमंत्री सिद्धू मूसेवाले दे घर परिवार दे नाल दुख की घड़ी सांझी करन जा रहे ने तां वी कांग्रेस अपनियां हरकतां ते गंदी राजनीति तो बाज नहीं आ रही। कहिंदे कांग्रेस के साबका विधायक अपने कुछ समर्थक हंगामा कर रहे ने, इह सब कासे नूं पंजाब देख रहा है, जबकि मुख्यमंत्री भगवंत मान सूबे दा मुखी होण दे नाते अपनी जिम्मेदारी निभा रहे ने। उन्होंने कहा कि कांग्रेस पार्टी की आदत है लाशां दे उत्ते राजनीति करन दी। इस दरमियान जो मुख्यमंत्री भगवंत मान दी तस्वीरां सामने आईयां ने, उन्हां दे विच सिविल वर्दी दे विच जिहड़े उन्हां दे गार्ड ने ओह तैनात ने, ते जदों मुख्यमंत्री भगवंत मान परिवार दे नाल सिद्धू मूसेवाले दे माता पिता दे नाल बैठ के गलबात कर रहे सी तां चारे पासे पुलिस दा ही घेरा सी। इस ते श्रोमणी अकाली दल ने आम आदमी पार्टी नूं घेरिया है, कहा कि मुख्यमंत्री भगवंत मान ने सिद्धू मूसेवाले दे घर नूं, अफसोस वाले घर नूं, इक कहर दी मौत वाले घर नूं जंग दा अखाड़ा बना के रख दिता है। उधर गैंगस्टर लॉरेंस बिश्नोई जिहड़ा कि दिल्ली की तिहाड़ जेल दे विच बंद है, उसने पंजाबी गायक सिद्धू मूसेवाले नूं मरवाउण दी गल कबूली है। इंडिया टुडे दी रिपोर्ट दे मुताबिक बिश्नोई ने दिल्ली पुलिस मूहरे मन्निया कि हाँ मैं ही सिद्धू मूसेवाले नूं मरवाया है। बिश्नोई ने पुलिस पुछगिछ विच दस्सिया कि इस वारी इह काम मेरा नहीं है क्योंकि मैं लगातार तिहाड़ जेल नंबर 8 च बंद सी, फोन की वरतों भी नहीं कर रहा सी, पर मूसेवाले दे कतल पिछे साडे गैंग दा ही हत्थ है। इस तो पहला कैनेडा स्थित गैंगस्टर गोल्डी बराड़ ने भी मूसेवाले दे कतल दी जिम्मेदारी ली सी, जिस तो बाद 700 मैंबर अपराधियों के ग्रोह का सरगना 30 साल लॉरेंस बिश्नोई पुलिस के घेरे में आ गया। हालांकि शुक्रवार तक लगातार वो इस गल तो इनकार करता रहा, उसने कहा कि मैं मूसेवाले नहीं मरवाया, पर हुण मन गया कि साडे गैंग ने ही मरवाया है। 12 फरवरी 1993 लॉरेंस बिश्नोई का जन्म होया सी। ग्रोह के मैंबर इस नूं डॉन कहिंदे ने, ग्रैजुएट है, अबोर के नेड़ले पिंड धतारावाली का वसनीक है। बिश्नोई का पिता पुलिस के विच हरियाणा पुलिस के विच कॉन्सटेबल वजो भर्ती होया सी, पर 5 साल बाद नौकरी छड़ के खेतीबाड़ी करन लग गया सी। सो बड़े सवाल खड़े हुंदे ने कि कातल तो पहले दिन दे मन्नी जांदे ने, किनू कहिए, सरकार जी, पुलिस जी, कातल तो पहले दिन दे मन्नी जांदे ने। 29 तरीक नूं असैसिनेशन हुंदी है सिद्धू मूसेवाले दी, उस दिन ही जिहड़ा गैंगस्टर लॉरेंस बिश्नोई का ग्रुप है वह जिम्मेदारी लैंदा कि असीं सिद्धू मूसेवाले नूं मारिया है, ते हुण लॉरेंस बिश्नोई शरेआम कह रहा है कि मेरे ग्रुप ने मारिया है। तां फिर आखिरकार की मजबूरी है, किहड़ी ढिल है कि पुलिस कातलां तक नहीं पहुंच पा रही, इन्हां तक हथ क्यों नहीं पुलिस दे पहुंच पाउंदे। पुलिस की गिरफ्त दे विच है, जेल दे विच है लॉरेंस बिश्नोई गैंग का मुख सरगना,
ਤੇ ਜਿਹੜੇ ਬਾਕੀ ਨੇ ਉਹ ਬਾਹਰ ਭੱਜੇ ਫਿਰਦੇ ਨੇ ਉਹਨਾਂ ਕੋਲੇ ਰਸ਼ੀਅਨ ਸਟੇਨ ਗੰਨਾਂ ਨੇ ਉਹ ਸਟੇਨ ਗੰਨਾਂ ਜਿਹੜੀਆਂ ਕਿ ਪੁਲਿਸ ਦੇ ਕੋਲੇ ਹੋ ਸਕਦੀਆਂ ਜਿਹੜੀਆਂ ਫੌਜ ਦੇ ਕੋਲੇ ਹੋ ਸਕਦੀਆਂ ਆਮ ਬੰਦਾ ਉਹਨਾਂ ਸਟੇਨ ਗੰਨਾਂ ਨੂੰ ਕਿਵੇਂ ਰੱਖ ਸਕਦਾ ਹੈ ਕਿੱਥੋਂ ਉਹ ਆਈਆਂ ਹੋਣਗੀਆਂ ਬਹੁਤ ਸਾਰੇ ਖਤਰਨਾਕ ਸਵਾਲ ਨੇ ਪਰ ਹਾਲੇ ਤੱਕ ਪੁਲਿਸ ਦੇ ਹੱਥ ਖਾਲੀ ਨੇ ਇਸੇ ਦਰਮਿਆਨ ਸਿੱਧੂ ਮੂਸੇਵਾਲੇ ਦੇ ਕਤਲ ਦਾ ਦਾਅਵਾ ਕਰਨ ਵਾਲੇ ਵਿਅਕਤੀ ਦੀ ਆਵਾਜ਼ ਦੀ ਦਿੱਲੀ ਤੇ ਪੰਜਾਬ ਪੁਲਿਸ ਨੇ ਪੁਸ਼ਟੀ ਕੀਤੀ ਹੈ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਲੰਘੇ ਦਿਨ ਵੀਰਵਾਰ ਨੂੰ ਆਵਾਜ਼ ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਸਿੱਧੂ ਮੂਸੇਵਾਲੇ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਸ਼ਖਸ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਾਣਜੇ ਸਚਿਨ ਬਿਸ਼ਨੋਈ ਦੀ ਹੀ ਹੈ ਉਸਨੇ ਵੀਰਵਾਰ ਨੂੰ ਸਿੱਧੂ ਮੂਸੇਵਾਲੇ ਦੇ ਕਤਲ ਕੇਸ ਵਿੱਚ ਦਾਅਵਾ ਕੀਤਾ ਸੀ ਸਚਿਨ ਬਿਸ਼ਨੋਈ ਨੇ ਨਿਊਜ਼ 18 ਦੇ ਪੱਤਰਕਾਰ ਨੂੰ ਫੋਨ ਕਰਕੇ ਕਿਹਾ ਸੀ ਕਿ ਸਿੱਧੂ ਮੂਸੇਵਾਲੇ ਨੂੰ ਮੈਂ ਆਪਣੇ ਹੱਥਾਂ ਨਾਲ ਮਾਰਿਆ ਹੈ ਤੇ ਵੀ ਕਿਹਾ ਸੀ ਕਿ ਮੂਸੇਵਾਲੇ ਨੂੰ ਉਹਨਾਂ ਨੇ ਵਿੱਕੀ ਮਿੱਡੂ ਖੇੜਾ ਦੇ ਕਤਲ ਦਾ ਬਦਲਾ ਲੈਣ ਦੇ ਲਈ ਮਾਰਿਆ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਕਤਲਕਾਂਡ ਬਾਰੇ ਬੋਲਦਿਆਂ ਕਿਹਾ ਕਿ ਇਸ ਘਟਨਾ ਤੇ ਸਿਆਸਤ ਨਹੀਂ ਹੋਣੀ ਚਾਹੀਦੀ ਮੂਸੇਵਾਲੇ ਦਾ ਕਤਲ ਬਹੁਤ ਅਫਸੋਸ ਦੀ ਗੱਲ ਹੈ ਪੰਜਾਬ ਸਰਕਾਰ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਦੋਸ਼ੀਆਂ ਨੂੰ ਫੜ ਕੇ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣਗੀਆਂ ਕੇਜਰੀਵਾਲ ਨੇ ਇਹ ਵੀ ਦਾਅਵਾ ਕੀਤਾ ਕਿ ਮੋਹਾਲੀ ਦੇ ਵਿੱਚ ਜੋ ਬੰਬ ਬਲਾਸਟ ਹੋਇਆ ਸੀ ਉਹਦੇ ਵਿੱਚ ਵੀ ਪੁਲਿਸ ਨੇ 24 ਘੰਟਿਆਂ ਦੇ ਵਿੱਚ ਕਾਮਯਾਬੀ ਹਾਸਲ ਕਰ ਲਈ ਸੀ ਪਰ ਸਿੱਧੂ ਮੂਸੇਵਾਲੇ ਦੇ ਕਤਲ ਨੂੰ ਤਾਂ 5 ਦਿਨ ਬੀਤ ਚੁੱਕੇ ਨੇ ਇਸ ਦੇ ਵਿੱਚ ਹਾਲੇ ਪੰਜਾਬ ਪੁਲਿਸ ਦੇ ਹੱਥ ਖਾਲੀ ਨੇ ਇਹ ਵੀ ਸੱਚ ਹੈ ਪੰਜਾਬ ਪੁਲਿਸ ਨੇ ਸ਼ੁੱਕਰਵਾਰ ਨੂੰ ਇਸ ਕਤਲਕਾਂਡ ਦੇ ਵਿੱਚ ਵਿਕਾਸ ਬਿਸ਼ਨੋਈ ਤੇ ਖਾਨ ਨਾਮੀ ਦੋ ਹੋਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਹਰਿਆਣਾ ਦੇ ਫਤਿਹਾਬਾਦ ਤੋਂ ਇਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਹਾਲਾਂਕਿ ਦੋਵੇਂ ਜਣੇ ਪੰਜਾਬ ਦੇ ਫਾਜ਼ਿਲਕਾ ਦੇ ਰਹਿਣ ਵਾਲੇ ਨੇ ਸਿੱਧੂ ਮੂਸੇਵਾਲਾ ਕਤਲਕਾਂਡ ਦੀਆਂ ਤਾਰਾਂ ਫਤਿਹਾਬਾਦ ਦੇ ਨਾਲ ਵੀ ਜੁੜੀਆਂ ਹੋਈਆਂ ਨੇ ਕਿਉਂਕਿ ਜਿਸ ਬਲੈਰੋ ਕਾਰ ਦੇ ਵਿੱਚ ਕਾਤਲ ਆਏ ਸੀ ਉਹ 4 ਦਿਨ ਪਹਿਲਾਂ ਫਤਿਹਾਬਾਦ ਦੇ ਹੰਸਪੁਰ ਰੋਡ ਤੇ ਦੇਖੀ ਗਈ ਸੀ ਪੰਜਾਬ ਪੁਲਿਸ ਨੇ ਹੰਸਪੁਰ ਰੋਡ ਇਲਾਕੇ ਦੀ ਸੀਸੀਟੀਵੀ ਫੁਟੇਜ ਨੂੰ ਸਕੈਨ ਕੀਤਾ ਹੈ ਤੇ ਇਸ ਫੁਟੇਜ ਦੇ ਵਿੱਚ ਗੱਡੀ ਦੇਖੀ ਗਈ ਹੈ ਗੈਂਗਸਟਰਾਂ ਦਾ ਨੈਕਸਸ ਜੇਲ੍ਹਾਂ ਤੋਂ ਚੱਲ ਰਿਹਾ ਹੈ ਖੁਫੀਆ ਏਜੰਸੀਆਂ ਵੀ ਗੈਂਗਸਟਰਾਂ ਨੂੰ ਮੋਬਾਈਲ ਪਹੁੰਚਾ ਰਹੀਆਂ ਨੇ ਇਸ ਗੱਲ ਦਾ ਦਾਅਵਾ ਪੰਜਾਬ ਦੇ ਸਾਬਕਾ ਗ੍ਰਹਿ ਮੰਤਰੀ ਤੇ ਸਾਬਕਾ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੀਤਾ ਹੈ ਕਿਹਾ ਕਿ ਜੇਲ੍ਹਾਂ ਵਾਲੇ ਇਹਨਾਂ ਗੈਂਗਸਟਰਾਂ ਨੂੰ ਮਿਲ ਕੇ ਮਦਦ ਦਿੰਦੇ ਨੇ ਕਈ ਖੁਫੀਆ ਏਜੰਸੀਆਂ ਇਹਨਾਂ ਲੋਕਾਂ ਤੱਕ ਮੋਬਾਈਲ ਵੀ ਪਹੁੰਚਾਉਂਦੀਆਂ ਨੇ ਮੈਂ ਕਹਿੰਦੇ ਇਸ ਦਾ ਵਿਰੋਧ ਵੀ ਕੀਤਾ ਸੀ ਪਰ ਉਹ ਦਾਅਵਾ ਕਰਦੇ ਨੇ ਕਿ ਉਹਨਾਂ ਤੋਂ ਜਾਣਕਾਰੀ ਮਿਲਦੀ ਹੈ ਕਹਿੰਦੇ ਮੈਂ ਇਹ ਵੀ ਕਿਹਾ ਸੀ ਕਿ ਜੇਕਰ ਦੇਣਾ ਚਾਹੁੰਦੇ ਹੋ ਤਾਂ ਸਧਾਰਨ ਫੋਨ ਦੇ ਦਿਓ ਪਰ ਮੇਰੀ ਗੱਲ ਨਹੀਂ ਮੰਨੀ ਗਈ ਯਾਨੀ ਕਿ ਇੱਕ ਵੱਡਾ ਖੁਲਾਸਾ ਹੈ ਸੂਬੇ ਦਾ ਗ੍ਰਹਿ ਮੰਤਰੀ ਹੋਵੇ ਸੂਬੇ ਦਾ ਜੇਲ੍ਹ ਮੰਤਰੀ ਹੋਵੇ ਉਹਦੀ ਗੱਲ ਨਹੀਂ ਮੰਨੀ ਗਈ ਉਹਨੇ ਜੋ ਕੁਝ ਜਾਣਿਆ ਸੀ ਉਹਨੂੰ ਉਦੋਂ ਤੱਕ ਦਬਾ ਕੇ ਰੱਖਿਆ ਤੇ ਹੁਣ ਸੁਖਜਿੰਦਰ ਸਿੰਘ ਰੰਧਾਵਾ ਇਹਨਾਂ ਗੱਲਾਂ ਦਾ ਖੁਲਾਸਾ ਕਰ ਰਹੇ ਨੇ ਰੰਧਾਵਾ ਨੇ ਕਿਹਾ ਕਿ ਮੈਂ ਡਾਰਕ ਜ਼ੋਨ ਬਣਾ ਕੇ ਇਸ ਨੈਟਵਰਕ ਨੂੰ ਤੋੜਨ ਦੀ ਕੋਸ਼ਿਸ਼ ਵੀ ਕੀਤੀ ਸੀ ਕਿਉਂਕਿ ਜੇ ਉਹ ਸਦੀਵੀ ਕੈਦੀਆਂ ਦੇ ਨਾਲ ਰਹੇ ਤਾਂ ਇਹ ਮਾਮੂਲੀ ਚੋਰ ਹਨ ਉਹਨਾਂ ਨੂੰ ਵੀ ਆਪਣੇ ਨਾਲ ਮਿਲਾ ਲੈਂਦੇ ਨੇ ਜੇਲ੍ਹਾਂ ਵਾਲੇ ਮਿਲ ਕੇ ਇਹਨਾਂ ਦਾ ਸਾਥ ਦਿੰਦੇ ਨੇ ਇਸ ਗੱਲ ਦੀ ਵੀ ਪੁਸ਼ਟੀ ਹੋਈ ਹੈ ਕਿ ਗੈਂਗਸਟਰਾਂ ਨੇ ਹੁਣ ਕੱਟੜਪੰਥੀ ਜਥੇਬੰਦੀਆਂ ਦੇ ਨਾਲ ਗੱਠਜੋੜ ਵੀ ਕਰ ਲਿਆ ਹੈ ਉਹਨਾਂ ਕਿਹਾ ਕਿ ਜੋ ਮੈਂ ਉਸ ਵਕਤ DGP ਲਾਇਆ ਸੀ ਮੈਨੂੰ ਬਹੁਤ ਪਛਤਾਵਾ ਹੈ ਮੈਂ ਲੋਕਾਂ ਦੇ ਸਾਹਮਣੇ ਕਬੂਲ ਕਰਦਾ ਹਾਂ ਕਿ ਮੈਂ ਇੱਕ ਵੱਡੀ ਗਲਤੀ ਕੀਤੀ ਸੀ ਕਿਉਂਕਿ ਮੈਂ ਬਿਨਾਂ ਰੀੜ੍ਹ ਦੀ ਹੱਡੀ ਕਮਜ਼ੋਰ ਰੀੜ੍ਹ ਦੀ ਹੱਡੀ ਵਾਲੇ ਇੱਕ ਅਫਸਰ ਨੂੰ DGP ਲਾ ਦਿੱਤਾ ਸੀ ਪੰਜਾਬ ਦਾ ਤੇ ਉਹਦੇ ਕਰਕੇ ਬਹੁਤ ਨੁਕਸਾਨ ਹੋਇਆ ਰੰਧਾਵਾ ਨੇ ਕਿਹਾ ਕਿ ਸਿੱਧੂ ਮੂਸੇਵਾਲੇ ਨੇ ਸਿਰਫ ਲੀਡਰ ਬਣਨ ਲਈ ਨਹੀਂ ਸਗੋਂ ਆਪਣੀ ਸੁਰੱਖਿਆ ਦੇ ਲਈ ਚੋਣ ਲੜੀ ਸੀ ਯਾਨੀ ਕਿ ਉਹਨੂੰ ਪਹਿਲਾਂ ਹੀ ਖਤਰਾ ਸੀ ਇਹ ਬਿਲਕੁਲ ਸੱਚ ਹੈ ਕਿ ਗੈਂਗਸਟਰ ਜੇਲ੍ਹ ਤੋਂ ਆਪਣਾ ਨੈਟਵਰਕ ਚਲਾਉਂਦੇ ਨੇ ਇਹ ਗੱਲ ਮੈਂ ਆਪਣੀ ਜ਼ਿੰਮੇਵਾਰੀ ਨਾਲ ਕਹਿ ਰਿਹਾ ਪੰਜਾਬ ਦੇ ਇੱਕ ਸਾਬਕਾ ਜੇਲ੍ਹ ਮੰਤਰੀ ਸਾਬਕਾ ਗ੍ਰਹਿ ਮੰਤਰੀ ਗ੍ਰਹਿ ਮੰਤਰਾਲਾ ਬਹੁਤ ਹੀ ਮਹੱਤਵਪੂਰਨ ਵਿਭਾਗ ਹੁੰਦਾ ਹੈ ਔਰ ਉਸ ਮੰਤਰਾਲੇ ਦੇ ਮੰਤਰੀ ਦੇ ਵੱਲੋਂ ਇਹ ਬਿਆਨ ਦਿੱਤੇ ਜਾਣਾ ਬਹੁਤ ਹੀ ਵੱਡੀ ਗੱਲ ਹੈ ਸਾਬਕਾ ਮੰਤਰੀ ਨੇ ਇਹ ਵੀ ਕਿਹਾ ਕਿ ਜੱਗੂ ਭਗਵਾਨਪੁਰੀ ਅਤੇ ਲਾਰੈਂਸ ਬਿਸ਼ਨੋਈ ਜਦੋਂ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਸਨ ਤਾਂ ਜੱਗੂ ਉੱਥੋਂ ਫੋਨ ਕਰਕੇ ਇਹਨਾਂ ਲੋਕਾਂ ਨੂੰ ਧਮਕੀਆਂ ਦਿੰਦਾ ਸੀ ਮੈਂ ਦਿੱਲੀ ਦੇ ਸੰਬੰਧਿਤ ਅਧਿਕਾਰੀਆਂ ਨੂੰ ਦੱਸਿਆ ਵੀ ਸੀ ਪਰ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਕਹਿੰਦੇ ਇਹ ਗੈਂਗਸਟਰ ਵਿਦੇਸ਼ਾਂ ਵਿੱਚ ਸੰਪਰਕ ਬਣਾਉਂਦੇ ਨੇ ਇਹਨਾਂ ਦੇ ਲੋਕ ਬਾਹਰ ਬੈਠੇ ਨੇ ਉਧਰ ਮਰਹੂਮ ਗਾਇਕ ਸਿੱਧੂ ਮੂਸੇਵਾਲੇ ਨੂੰ ਚਾਹੁਣ ਵਾਲੇ ਆਪੋ ਆਪਣੇ ਤਰੀਕਿਆਂ ਦੇ ਨਾਲ ਯਾਦ ਕਰ ਰਹੇ ਨੇ ਸ਼ਰਧਾਂਜਲੀ ਦੇ ਰਹੇ ਨੇ ਮੋਗਾ ਦੇ ਪਿੰਡ ਘਲਕਲਾਂ ਦੇ ਮਨਜੀਤ ਸਿੰਘ ਨੇ ਮੂਸੇਵਾਲੇ ਦੀ ਮੂਰਤੀ ਬਣਾਈ ਹੈ ਮੂਸੇਵਾਲੇ ਨਾਲ ਮਨਜੀਤ ਸਿੰਘ ਦੀਆਂ ਯਾਦਾਂ ਵੀ ਜੁੜੀਆਂ ਹੋਈਆਂ ਨੇ ਜਲੰਧਰ ਦੇ ਵਰੁਣ ਟੰਡਨ ਨੇ ਦੀਵੇ ਦੀ ਲੋਹ ਨਾਲ ਮੂਸੇਵਾਲੇ ਦੀ ਤਸਵੀਰ ਬਣਾਈ ਹੈ ਇਸ ਦੇ ਨਾਲ ਹੀ ਵੱਖ ਵੱਖ ਥਾਵਾਂ ਤੇ ਸਿੱਧੂ ਮੂਸੇਵਾਲੇ ਨੂੰ ਇਨਸਾਫ ਦਿਵਾਉਣ ਦੇ ਲਈ ਰੋਸ ਮੁਜ਼ਾਹਰੇ ਵੀ ਕੀਤੇ ਜਾ ਰਹੇ ਨੇ ਪਾਣੀਪਤ ਦੇ ਵਿੱਚ ਸੜਕਾਂ ਤੇ ਸੈਂਕੜੇ ਜਵਾਨ ਉਤਰੇ ਉਹਨਾਂ ਨੇ ਮਾਨ ਸਰਕਾਰ ਤੇ ਸਵਾਲ ਵੀ ਚੁੱਕੇ ਨੇ ਸੋ ਵੱਖ ਵੱਖ ਥਾਵਾਂ ਤੇ ਸਿੱਧੂ ਮੂਸੇਵਾਲੇ ਨੂੰ ਚਾਹੁਣ ਵਾਲੇ ਇਨਸਾਫ ਦੀ ਮੰਗ ਕਰ ਰਹੇ ਨੇ ਕਿ ਇਸ ਭਿਆਨਕ ਕਤਲਕਾਂਡ ਦੇ ਕਾਤਲਾਂ ਨੂੰ ਲੱਭਣਾ ਚਾਹੀਦਾ ਹੈ ਸੋ ਮੂਸੇਵਾਲੇ ਦੇ ਕਤਲ ਤੋਂ ਬਾਅਦ ਜਿੱਥੇ ਪੰਜਾਬ ਦੇ ਸਿਆਸਤਦਾਨਾਂ ਸਮੇਤ ਕਲਾਕਾਰਾਂ ਨੂੰ ਆਪਣੀ ਸੁਰੱਖਿਆ ਦੀ ਚਿੰਤਾ ਪਈ ਹੋਈ ਹੈ ਉੱਥੇ ਗੈਂਗਸਟਰਾਂ ਨੂੰ ਆਪਣੇ ਐਨਕਾਊਂਟਰਾਂ ਦਾ ਡਰ ਸਤਾਉਣ ਲੱਗਿਆ ਹੈ ਗੈਂਗਸਟਰ ਲਾਰੈਂਸ ਬਿਸ਼ਨੋਈ ਜਿੱਥੇ ਇੱਧਰ ਉੱਧਰ ਭੱਜਿਆ ਫਿਰਦਾ ਹੈ ਕਿ ਉਸ ਨੂੰ ਪੰਜਾਬ ਪੁਲਿਸ ਦੇ ਹਵਾਲੇ ਨਾ ਕੀਤਾ ਜਾਵੇ ਉੱਥੇ ਹੁਣ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਤਾ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਜੱਗੂ ਨੂੰ ਜੇਲ੍ਹੋਂ ਬਾਹਰ ਲਿਆਉਣ ਲਈ ਬੁਲਟ ਪਰੂਫ ਜੈਕਟ ਤੇ ਗੱਡੀ ਦੀ ਮੰਗ ਕੀਤੀ ਹੈ ਜੱਗੂ ਦੀ ਮਾਂ ਨੂੰ ਡਰ ਹੈ ਕਿ ਪੁਲਿਸ ਤੇ ਐਂਟੀ ਗਰੁੱਪ ਉਸਦਾ ਐਨਕਾਊਂਟਰ ਕਰ ਸਕਦੇ ਨੇ
जग्गू की मां ने पुलिस उत्ते जेल विच जग्गू उत्ते टॉर्चर करन दा इल्जाम भी लाया है। दरअसल सिद्धू मूसेवाले के कतल तों बाद पुलिस वालों गैंगस्टर नूं प्रोडक्शन वारंट ते लिया के पुछगिछ की जा रही है। इस दरम्यान जग्गू की मां ने वड्डे इल्जाम लाए ने ते हुण इस पटीशन ते सोमवार जां फिर उस तों बाद सुनवाई होण दी उम्मीद है। अगली वड्डी खबर संगरूर जिमनी चोण दे नाल जुड़ी हुई है। सिख जथेबंदियां जिन्हां ने भाई बलवंत सिंह राजवाणा दी भैण कमलजीत कौर नूं बेनती कीती सी कि उह संगरूर जिमनी चोण तों ऐतकी चोण लड़न उन्हां नूं झटका लग्गिया है, क्योंकि भैण कमलजीत कौर ने संगरूर तों जिमनी चोण लड़न तों इनकार कर दिता है। उन्होंने सोशल मीडिया ते पोस्ट पा के जानकारी सांझी कीती है। उन्होंने कहा कि मैं अपने भरा बलवंत सिंह राजवाणा नूं जेल विच मिलन गई सी ते उन्होंने चोण लड़न तों इनकार कर दिता है। कमलजीत कौर ने लिखा कि सब तों पहलां असीं समुच्चे खालसा पंथ दी चढ़दी कला दे लई उस अकाल पुरख वाहिगुरू जी अगे अरदास करदे हां। खालसा जी, कल सानूं संत समाज ते बंदी सिंह परिवारां दे वल्लों संगरूर तों लोक सभा चोण लड़न दी बेनती कीती गई सी। असीं अपने परिवार दे हालातां नूं देखदे होए इह चोण लड़न तों असमर्था प्रगट करदे हां। सारिआं वल्लों प्रगटाईआं गईआं भावनावां दा असीं धन्नवाद करदे हां। दरअसल इक दिन पहलां वीरवार नूं सिख जथेबंदियां दे वल्लों राजवाणा की भैन कमलजीत कौर नूं सांझा उम्मीदवार ऐलानण दा फैसला लैंदिआं इह चोण लड़न की अपील की सी। तां कमलजीत कौर ने कहा कि मैं अपने भरा राजवाणा दे नाल मीटिंग तों बाद ही कोई फैसला लवांगी। 6 जून नूं घल्लूकारा दिहाड़ा नेड़े आउंदिआं पंजाब दे विच माहौल थोड़ा जिहा गरमाउंदा जा रिहा है। सिख जथेबंदियां दे वल्लों अमृतसर बंद अते आजादी मार्च दा ऐलान कीता गिआ है। इह ऐलान खास करके दल खालसा की अगवाई दे विच कीता गिआ है। इस तों बाद अमृतसर दे विच पुलिस ने चौकसी वधा दित्ती है। सचखंड श्री दरबार साहिब नूं जाण ਵਾਲੀਆਂ ਸਾਰੀਆਂ ਸੜਕਾਂ ਦੇ ਉੱਤੇ ਕਈ ਦਿਨ ਪਹਿਲਾਂ ਹੀ ਨਾਕੇ ਲਾ ਦਿੱਤੇ ਗਏ ਸੀ। ਅੰਮ੍ਰਿਤਸਰ ਨੂੰ ਜਾਣ ਵਾਲੇ ਤੇ ਆਉਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਉਧਰ ਗੁਰਦਾਸਪੁਰ ਦੇ ਕਲਾਨੌਰ ਦੇ ਵਿੱਚ ਖਾਲਿਸਤਾਨ ਜ਼ਿੰਦਾਬਾਦ ਦੇ ਪੋਸਟਰ ਲੱਗੇ ਹੋਏ ਮਿਲੇ ਨੇ। ਕੁਛ ਥਾਵਾਂ ਤੇ ਅਣਪਛਾਤੇ ਲੋਕਾਂ ਨੇ ਖਾਲਿਸਤਾਨ ਦੇ ਪੋਸਟਰ ਲਾਏ ਨੇ, ਜਿਸ ਤੋਂ ਬਾਅਦ ਥੋੜਾ ਜਿਹਾ ਤਣਾਅ ਵਾਲਾ ਮਾਹੌਲ ਇੱਥੇ ਬਣ ਗਿਆ। ਘੱਲੂਘਾਰੇ ਦੇ ਦਿਨਾਂ ਦੇ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਦੇ ਦੋਸ਼ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਭਾਈ ਜਗਤਾਰ ਸਿੰਘ ਤਾਰਾ ਦਾ ਵੀ ਸਿੱਖ ਪੰਥ ਦੇ ਲਈ ਦਰਦ ਮੁੜ ਛਲਕਿਆ ਹੈ। ਘੱਲੂਘਾਰਾ ਹਫ਼ਤੇ ਮੌਕੇ ਉਹਨਾਂ ਨੇ ਕੌਮ ਦੇ ਨਾਮ ਲਿਖੀ ਇੱਕ ਚਿੱਠੀ ਵਿੱਚ 1984 ਦੇ ਦਰਬਾਰ ਸਾਹਿਬ ਉੱਤੇ ਹੋਏ ਹਮਲੇ ਦੀ ਯਾਦ 6 ਜੂਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਰਲ ਕੇ ਮਨਾਉਣ ਦੀ ਅਪੀਲ ਕੀਤੀ ਹੈ। ਭਾਈ ਤਾਰਾ ਨੇ ਆਪਣੇ ਵਕੀਲ ਸਿਮਰਨਜੀਤ ਸਿੰਘ ਰਾਹੀਂ ਦਮਦਮੀ ਟਕਸਾਲ ਦੇ ਮੁਖੀ ਭਾਈ ਹਰਨਾਮ ਸਿੰਘ ਧੁੰਮਾ ਦੇ ਨਾਮ ਇੱਕ ਚਿੱਠੀ ਭੇਜੀ ਹੈ, ਜਿਸ ਵਿੱਚ ਉਹਨਾਂ ਨੇ ਕਿਹਾ ਹੈ ਕਿ ਸਿੱਖਾਂ ਦੀ ਏਕਤਾ ਦਿੱਲੀ ਸਰਕਾਰ ਨੂੰ ਆਪਣੇ ਪਿੰਡੇ ਤੇ ਹੋਏ ਜ਼ਖਮਾਂ ਦੇ ਤਾਜ਼ਾ ਹੋਣ ਦਾ ਅਹਿਸਾਸ ਕਰਾ ਸਕਦੀ ਹੈ। ਤਾਰਾ ਨੇ ਕਿਹਾ ਕਿ ਕੇਂਦਰ ਦੀਆਂ ਏਜੰਸੀਆਂ ਲਗਾਤਾਰ ਘੱਲੂਘਾਰਾ ਦਿਵਸ ਤੇ ਸਿੱਖਾਂ ਨੂੰ ਨਾ ਜੁੜਨ ਦੇਣ ਦੀਆਂ ਕੋਸ਼ਿਸ਼ਾਂ ਕਰਦੀਆਂ ਆ ਰਹੀਆਂ ਨੇ, ਯਾਨੀ ਕਿ ਸਿੱਖਾਂ ਨੂੰ ਪਾੜਨ ਦੀਆਂ ਕੋਸ਼ਿਸ਼ਾਂ ਕਰਦੀਆਂ ਨੇ। ਉਹਨਾਂ ਨੇ ਆਪਣਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ 6 ਜੂਨ ਨੂੰ 2 ਥਾਵਾਂ ਤੇ ਹੋਣ ਵਾਲੇ ਇਕੱਠ ਸਿੱਖ ਪੰਥ ਦੇ ਵਿੱਚ ਭੰਬਲ ਭੂਸਾ ਪੈਦਾ ਕਰਦੇ ਨੇ, ਜਿਹੜਾ ਕਿ ਕੌਮ ਦੇ ਹੱਕ ਵਿੱਚ ਨਹੀਂ ਹੈ। ਤੇ ਵੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਘੱਲੂਘਾਰਾ ਦਿਹਾੜਾ ਜਿਹੜਾ ਪਹਿਲਾਂ ਕਿ ਰਲ ਮਿਲ ਕੇ ਮਨਾਇਆ ਜਾਂਦਾ ਸੀ, ਸਾਰੀਆਂ ਸਿੱਖ ਜਥੇਬੰਦੀਆਂ ਦੇ ਵੱਲੋਂ ਇਕੱਠੇ ਮਨਾਇਆ ਜਾਂਦਾ ਸੀ, ਪਰ ਕਈ ਸਾਲ ਪਹਿਲਾਂ ਤੋਂ ਬਾਬਾ ਹਰਨਾਮ ਸਿੰਘ ਧੁੰਮਾ ਦੇ ਵੱਲੋਂ ਦਮਦਮੀ ਟਕਸਾਲ ਦਾ ਜਿਹੜਾ ਹੈੱਡਕੁਆਟਰ ਹੈ ਉੱਥੇ ਵੱਖਰੇ ਤੌਰ ਤੇ ਇਹ ਦਿਹਾੜਾ ਮਨਾਇਆ ਜਾਂਦਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤਾਂ ਸਾਰੀਆਂ ਜਥੇਬੰਦੀਆਂ ਸਾਰੇ ਜਿਹੜੇ ਸਿੱਖ ਨੇ ਪਹੁੰਚਦੇ ਨੇ, ਵੱਡੀ ਗਿਣਤੀ ਦੇ ਵਿੱਚ ਪਹੁੰਚਦੇ ਨੇ 6 ਜੂਨ ਵਾਲੇ ਦਿਨ ਤਾਂ ਉੱਥੇ ਹੀ। ਦੂਸਰੇ ਪਾਸੇ ਦਮਦਮੀ ਟਕਸਾਲ ਦੇ ਹੈੱਡਕੁਆਟਰ ਮਹਿਤਾ ਚੌਂਕ ਵਿਖੇ ਵੀ ਇਹ ਦਿਵਸ ਮਨਾਇਆ ਜਾਂਦਾ ਹੈ। ਭਾਈ ਤਾਰਾ ਦਾ ਮੰਨਣਾ ਹੈ ਕਿ ਘੱਲੂਘਾਰਾ ਮਹੀਨੇ ਦੌਰਾਨ ਕੇਵਲ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਹੀ ਨਾ ਦਿੱਤੀਆਂ ਜਾਣ, ਸਗੋਂ ਆਜ਼ਾਦੀ ਦੇ ਲਈ ਪ੍ਰਣ ਵੀ ਦੁਹਰਾਇਆ ਜਾਵੇ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦਾ ਕਤਲ 31 ਅਗਸਤ 1995 ਨੂੰ ਕੀਤਾ ਗਿਆ ਸੀ। ਪੁਲਿਸ ਵੱਲੋਂ ਕਤਲ ਦੋਸ਼ ਵਿੱਚ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੇ ਵਿੱਚ ਭਾਈ ਜਗਤਾਰ ਸਿੰਘ ਤਾਰਾ ਦਾ ਨਾਮ ਵੀ ਸ਼ਾਮਲ ਸੀ। ਅਦਾਲਤ ਨੇ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਹੁਣ ਪੰਜਾਬ ਤੋਂ ਰਾਜ ਸਭਾ ਦੇ ਵਿੱਚ ਸਾਰੇ ਦੇ ਸਾਰੇ 7 ਮੈਂਬਰ ਵੀ ਆਮ ਆਦਮੀ ਪਾਰਟੀ ਦੇ ਚੁਣੇ ਗਏ ਨੇ ਤੇ ਇਹ ਵੀ ਇੱਕ ਵੱਡੀ ਗੱਲ ਹੈ ਕਿ ਨਿਰਵਿਰੋਧ ਚੁਣੇ ਗਏ ਨੇ। 5 ਮੈਂਬਰ ਨੇ ਜਿਹੜੇ ਰਾਜ ਸਭਾ ਦੇ ਅਨਾਊਂਸ ਕੀਤੇ ਸੀ ਆਮ ਆਦਮੀ ਪਾਰਟੀ ਨੇ, ਹਾਲਾਂਕਿ ਜਿਨ੍ਹਾਂ ਨੂੰ ਲੋਕਾਂ ਨੇ ਵੱਡੀ ਗਿਣਤੀ ਵਿੱਚ ਪਸੰਦ ਨਹੀਂ ਕੀਤਾ, ਕਿਉਂਕਿ ਪੰਜਾਬ ਤੋਂ ਜ਼ਿਆਦਾਤਰ ਬਾਹਰੀ ਸਨ ਅਤੇ ਉਹਨਾਂ ਤੇ ਲੋਕਾਂ ਨੂੰ ਵਿਸ਼ਵਾਸ ਨਹੀਂ ਕਿ ਉਹ ਪੰਜਾਬ ਦੇ ਮੁੱਦੇ ਉਸ ਢੰਗ ਨਾਲ ਚੁੱਕ ਸਕਦੇ ਨੇ। ਤੇ ਹੁਣ ਜਿਹੜੇ 2 ਬਚੇ ਸੀ ਰਾਜ ਸਭਾ ਦੇ ਮੈਂਬਰ ਨਵੇਂ ਚੁਣੇ ਜਾਣੇ ਸੀ, ਉਹਨਾਂ ਦੇ ਵਿੱਚੋਂ ਸੰਤ ਬਲਵੀਰ ਸਿੰਘ ਸੀਚੇਵਾਲ ਅਤੇ ਵਿਕਰਮਜੀਤ ਸਿੰਘ ਸਾਹਨੀ ਦੋਵੇਂ ਹੀ ਪਦਮ ਸ਼੍ਰੀ ਪੁਰਸਕਾਰ ਪ੍ਰਾਪਤ ਨੇ, ਦੋਵੇਂ ਨਿਰਵਿਰੋਧ ਚੁਣ ਲਏ ਗਏ ਨੇ ਤੇ ਰਾਜ ਸਭਾ ਦੇ ਵਿੱਚ ਹੁਣ ਆਮ ਆਦਮੀ ਪਾਰਟੀ ਦੇ ਵੱਲੋਂ 7 ਦੇ 7 ਮੈਂਬਰ ਪਹੁੰਚ ਚੁੱਕੇ ਨੇ ਤੇ ਹੁਣ 7 ਮੈਂਬਰ ਇਕੱਠੇ ਹੋ ਗਏ, ਕਿਉਂਕਿ ਜਦੋਂ ਇੱਕ ਪਾਰਟੀ ਦੇ ਹੁੰਦੇ ਨੇ ਤਾਂ ਆਵਾਜ਼ ਬਹੁਤ ਮਜ਼ਬੂਤ ਹੋ ਜਾਂਦੀ ਹੈ, ਬਹੁਤ ਉੱਚੀ ਹੋ ਜਾਂਦੀ ਹੈ, ਤਿੱਖੀ ਹੋ ਜਾਂਦੀ ਹੈ ਤੇ ਹੁਣ ਇਹ ਪੰਜਾਬ ਦੇ ਹੱਕ ਵਿੱਚ ਕਿੰਨਾ ਕੁ ਗੂੰਜੇਗੀ, 7 ਜਣਿਆਂ ਦੀ ਆਵਾਜ਼ ਇਹ ਆਉਂਦੇ ਦਿਨਾਂ ਵਿੱਚ ਆਪਾਂ ਦੇਖ ਲਵਾਂਗੇ। DSGMC ਦੇ ਪ੍ਰਬੰਧ ਹੇਠ ਚੱਲ ਰਹੇ ਸਕੂਲਾਂ ਦੇ ਅਧਿਆਪਕਾਂ ਨੂੰ ਬਣਦੇ ਹੱਕ ਨਾ ਦੇਣ ਦਾ ਮਾਮਲਾ ਹੁਣ ਅਦਾਲਤ ਵਿੱਚ ਪਹੁੰਚ ਗਿਆ। ਦਿੱਲੀ ਦੀ ਅਦਾਲਤ ਨੇ ਸਰਨਾ ਭਰਾਵਾਂ ਨੂੰ 23 ਜੁਲਾਈ ਨੂੰ ਤਲਬ ਕੀਤਾ ਹੈ। ਹਰਵਿੰਦਰ ਸਿੰਘ ਸਰਨਾ ਤੇ ਪਰਮਜੀਤ ਸਿੰਘ ਸਰਨਾ ਇਹਨਾਂ ਨੂੰ ਤਲਬ ਕੀਤਾ ਗਿਆ
ਗਿਆ ਹੈ। ਕਮੇਟੀ ਦੇ ਸਾਬਕਾ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਦਾਲਤ ਦੀ ਕਾਰਵਾਈ ਦਾ ਦਾਅਵਾ ਕੀਤਾ ਹੈ। ਕਾਲਕਾ ਨੇ ਕਿਹਾ ਕਿ ਸਰਨਾ ਭਰਾਵਾਂ ਦੀ ਅਗਵਾਈ ਹੇਠ ਕਮੇਟੀ ਸਕੂਲ ਸਟਾਫ ਨੂੰ 6ਵਾਂ ਤਨਖਾਹ ਕਮਿਸ਼ਨ ਦੇਣ ਤੋਂ ਟਾਲਾ ਵੱਟਦੀ ਰਹੀ ਹੈ। ਦੋਵਾਂ ਨੇ ਸਟਾਫ ਦਾ ਹੱਕ ਮਾਰਿਆ। 6ਵਾਂ ਤਨਖਾਹ ਕਮਿਸ਼ਨ ਲਾਗੂ ਕਰਨ ਨੂੰ ਲੈ ਕੇ ਕੇਸ ਦਾਇਰ ਕੀਤਾ ਗਿਆ, ਜਿਸ ਤੇ ਸੁਣਵਾਈ ਕਰਦਿਆਂ ਸਰਨਾ ਭਰਾਵਾਂ ਨੂੰ ਤਲਬ ਕੀਤਾ ਗਿਆ ਹੈ। ਪ੍ਰੈਸ ਕਾਨਫਰੰਸ ਦੌਰਾਨ ਸਰਨਾ ਭਰਾਵਾਂ ਸਮੇਤ ਮਨਜੀਤ ਸਿੰਘ ਜੀਕੇ ਤੇ ਵੀ ਕਮੇਟੀ ਪ੍ਰਧਾਨ ਨੇ ਦੋਸ਼ ਲਾਏ। ਅਸੀਂ ਪੈਸੇ ਛੱਡ ਕੇ ਗਏ। ਅਰੇ ਬਈ, ਜਦ ਪੈਸੇ ਤੁਸੀਂ ਪੇਰੈਂਟਸ ਕੋਲ ਇਕੱਠੇ ਕੀਤੇ, ਕਰੋੜਾਂ ਰੁਪਈਆ ਤੁਸੀਂ ਇਕੱਠਾ ਕਰ ਲਿਆ, ਮਗਰ ਤੁਸੀਂ ਸਟਾਫ ਨੂੰ ਕਿਉਂ ਨਹੀਂ ਦਿੱਤਾ? ਇਹ ਵੀ ਸਰਨਾ ਸਾਹਿਬ ਦੱਸ ਦਿਓ ਕਿ ਕਿਹੜੇ ਤੁਹਾਡੇ ਅੰਦਰ ਇੰਨਾ ਅਹੰਕਾਰ ਔਰ ਹਉਮੈ ਸੀ ਕਿ ਤੁਸੀਂ ਸਟਾਫ ਨੂੰ ਆਪਣੀ ਜੁੱਤੀ ਦੀ ਨੋਕ ਸਮਝ ਕੇ ਤੇ ਉੱਤੇ ਰੱਖ ਦਿਓ ਸੀ। ਸਾਰਾ ਸਟਾਫ ਜਿਸ ਨੂੰ ਬੜੀ ਅੱਛੀ ਤਰੀਕੇ ਜਾਣਦਾ, ਔਰ ਇੰਨੀ ਗੱਲਾਂ ਕਰਕੇ ਤੁਹਾਨੂੰ ਕਮੇਟੀਆਂ 'ਚੋਂ ਬਾਹਰ ਕੱਢਿਆ ਗਿਆ, ਤੁਹਾਨੂੰ ਸੰਗਤ ਨੇ ਨਕਾਰਿਆ, ਔਰ ਤੁਸੀਂ ਅੱਜ ਵੀ ਕਿਸੇ ਤਰੀਕੇ ਤਰਲੋਂ ਮੱਛੀ ਕੱਢਦੇ ਹੋਏ ਇੱਕ ਦੂਜੇ ਦੇ ਨਾਲ ਸਾਂਢ ਗਾਂਢ ਪਾ ਕੇ ਦੁਬਾਰਾ ਕਾਬਜ਼ ਹੋਣ ਦੀ ਗੱਲ ਕਰਦੇ ਹੋ। ਤੁਸੀਂ ਪਿਛਲੀ ਮੀਟਿੰਗ 'ਚ ਕਿਹਾ ਸੀ ਅਸੀਂ ਚਾਰੋਂ ਮਿਲ ਕੇ ਦੁਬਾਰਾ ਸਕੂਲ ਚਲਾ ਲਾਂਗੇ, ਅਤੇ ਅੱਜ ਸਾਫ਼ ਪਤਾ ਚੱਲ ਗਿਆ ਕਿ ਜੋ ਸਕੂਲਾਂ ਦਾ ਨੁਕਸਾਨ, ਜੋ ਸਕੂਲਾਂ ਦਾ ਟੀਚਰਾਂ ਦਾ ਬੰਦਾ ਹੱਕ ਤੁਸੀਂ ਲੋਕਾਂ ਨੇ ਰੋਕਿਆ, ਉਹਦੇ ਵਾਕਈ ਅਸਲੀ ਗੁਨਾਹਗਾਰ ਤੁਸੀਂ ਹੋ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਸਮੇਤ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਗੈਂਗਸਟਰਾਂ ਨੂੰ ਲੈ ਕੇ ਸਖਤੀ ਕਰਨ ਵਾਲੇ ਕਦਮ ਪੁੱਟਿਆ ਹੈ। ਹਰਪ੍ਰੀਤ ਸਿੰਘ ਸਿੱਧੂ ਜਿਹੜੇ ਕਿ ਨਸ਼ਿਆਂ ਦੇ ਖਿਲਾਫ ਬਣਾਏ ਐਸਟੀਐਫ ਦੇ ਮੁਖੀ ਵੀ ਨੇ, ਉਹਨਾਂ ਨੂੰ ਹੁਣ ਜੇਲ੍ਹ ਮਹਿਕਮੇ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਏਡੀਜੀਪੀ ਵਰਿੰਦਰ ਕੁਮਾਰ ਦੀ ਉਹ ਥਾਂ ਲੈਣਗੇ। ਵਰਿੰਦਰ ਕੁਮਾਰ ਨੂੰ ਪਿਛਲੇ ਦਿਨੀ ਵਿਜੀਲੈਂਸ ਬਿਊਰੋ ਦੇ ਚੀਫ ਡਾਇਰੈਕਟਰ ਬਣਾਇਆ ਗਿਆ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 4 ਜੂਨ ਨੂੰ ਚੰਡੀਗੜ੍ਹ ਵਿੱਚ ਆਉਣਗੇ। ਉਸ ਤੋਂ ਪਹਿਲਾਂ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਚਿੰਤਾ ਦੇ ਵਿੱਚ ਨੇ। ਵੱਡੀ ਖਬਰ ਆ ਰਹੀ ਹੈ ਕਿ ਸੁਰੱਖਿਆ ਏਜੰਸੀਆਂ ਨੂੰ ਸੰਕੇਤ ਮਿਲੇ ਨੇ ਕਿ ਸੈਕਟਰ 37 ਸਥਿਤ ਪੰਜਾਬ ਬੀਜੇਪੀ ਦਫ਼ਤਰ ਨੂੰ ਉਡਾਉਣ ਦੀ ਸਾਜਿਸ਼ ਵੀ ਰਚੀ ਜਾ ਰਹੀ ਹੈ। ਸੁਰੱਖਿਆ ਦੇ ਮੱਦੇਨਜ਼ਰ ਚੰਡੀਗੜ੍ਹ ਪੁਲਿਸ ਨੇ ਬੀਜੇਪੀ ਦਫ਼ਤਰ ਨੂੰ ਛਾਉਣੀ ਦੇ ਵਿੱਚ ਤਬਦੀਲ ਕਰ ਦਿੱਤਾ ਹੈ। ਦਫ਼ਤਰ ਨੂੰ ਜਾਣ ਵਾਲੀਆਂ ਸਾਰੀਆਂ ਸੜਕਾਂ ਤੇ ਬੈਰੀਕੇਡ ਲਾ ਦਿੱਤੇ ਗਏ ਨੇ। ਡੀਜੀਪੀ ਪ੍ਰਵੀਨ ਰੰਜਨ ਸਮੇਤ ਹੋਰ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਵੀ ਲਿਆ। ਪਟਿਆਲਾ ਤੋਂ ਖਬਰ ਹੈ ਜਿੱਥੇ ਨਾਭਾ ਜੇਲ੍ਹ ਦੇ ਵਿੱਚ ਤੈਨਾਤ ਰਹੇ ਡਿਪਟੀ ਸੁਪਰਡੈਂਟ ਪ੍ਰਭਜੋਤ ਸਿੰਘ ਖਿਲਾਫ਼ ਜੇਲ੍ਹ ਵਿਚਲੇ ਕੈਦੀ ਤੋਂ ਰਿਸ਼ਵਤ ਮੰਗਣ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਹ ਕੇਸ ਥਾਣਾ ਸਦਰ ਨਾਭਾ ਦੇ ਵਿੱਚ ਦਰਜ ਹੋਇਆ ਹੈ। ਨਵੀਂ ਜ਼ਿਲ੍ਹਾ ਜੇਲ੍ਹ ਨਾਭਾ ਦੇ ਵਿੱਚ ਬੰਦ ਪਵਨੀਤ ਸਿੰਘ ਦੇ ਪਿਤਾ ਬਲਵਿੰਦਰ ਸਿੰਘ ਦੇ ਵੱਲੋਂ ਡੀਜੀਪੀ ਜੇਲ੍ਹਾਂ ਨੂੰ ਸ਼ਿਕਾਇਤ ਦਿੱਤੀ ਗਈ ਸੀ। ਦੋਸ਼ ਲਾਇਆ ਸੀ ਕਿ ਡਿਪਟੀ ਸੁਪਰਡੈਂਟ ਨੇ ਉਸਦੇ ਮੁੰਡੇ ਕੋਲੋਂ 2 ਲੱਖ ਰੁਪਏ ਦੀ ਕਥਿਤ ਰਿਸ਼ਵਤ ਮੰਗੀ ਸੀ। ਏਡੀਜੀਪੀ ਜੇਲ੍ਹਾਂ ਵਰਿੰਦਰ ਕੁਮਾਰ ਦੇ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਦੇ ਤਹਿਤ ਹੁਣ ਡਿਪਟੀ ਸੁਪਰਡੈਂਟ ਪ੍ਰਭਜੋਤ ਸਿੰਘ ਦੇ ਖਿਲਾਫ਼ ਪਰਚਾ ਦਰਜ ਕੀਤਾ ਗਿਆ ਹੈ। ਪਟਿਆਲਾ ਤੋਂ ਹੀ ਅਗਲੀ ਖਬਰ ਹੈ ਜਿੱਥੇ ਰਾਜਪੁਰਾ ਇਲਾਕੇ ਤੋਂ ਪਟਿਆਲਾ ਸ਼ਹਿਰ ਦੇ ਵਿੱਚ ਧਾਰਮਿਕ ਸਥਾਨ ਤੇ ਮੱਥਾ ਟੇਕਣ ਆਈਆਂ 2 ਨਾਬਾਲਿਗ ਬੱਚੀਆਂ ਦੇ ਨਾਲ ਕੁੜੀਆਂ ਦੇ ਨਾਲ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਦੋਵੇਂ ਲੜਕੀਆਂ ਨੂੰ ਇਹਨਾਂ ਦੇ 2 ਜਾਣਕਾਰ ਨੌਜਵਾਨਾਂ ਨੇ ਹੀ ਪਟਿਆਲਾ ਸ਼ਹਿਰ ਦੇ ਹੋਟਲ ਦੇ ਵਿੱਚ ਲਿਜਾ ਕੇ ਉੱਥੇ ਇਸ ਘਿਨੌਣੀ ਹਰਕਤ ਨੂੰ ਅੰਜਾਮ ਦਿੱਤਾ। ਮੁਲਜ਼ਮਾਂ ਦੀ ਪਛਾਣ ਨਿਖਿਲ ਤੇ ਰੋਹਿਤ ਵਜੋਂ ਹੋਈ ਹੈ, ਜਿਨ੍ਹਾਂ ਖਿਲਾਫ਼ ਪੁਲਿਸ ਦੇ ਵੱਲੋਂ ਧਾਰਾ 354 ਅਤੇ 376 ਸਮੇਤ ਪੋਕਸੋ ਐਕਟ ਦੀ ਧਾਰਾ 4 ਤਹਿਤ ਕੇਸ ਦਰਜ ਕੀਤਾ ਗਿਆ ਹੈ। ਪਟਿਆਲਾ ਦੇ SSP ਡਾਕਟਰ ਮਹਿਤਾਬ ਸਿੰਘ ਨੇ ਕੇਸ ਦਰਜ ਕਰਨ ਦੀ ਪੁਸ਼ਟੀ ਕੀਤੀ ਹੈ। ਅਕਾਲੀ ਲੀਡਰ ਬਿਕਰਮ ਸਿੰਘ ਮਜੀਠੀਆ ਨੂੰ ਆਪਣੀ ਜ਼ਮਾਨਤ ਤੇ ਫੈਸਲੇ ਦੇ ਲਈ ਅਦਾਲਤਾਂ ਦੀਆਂ ਛੁੱਟੀਆਂ ਖਤਮ ਹੋਣ ਤੱਕ ਉਡੀਕ ਕਰਨੀ ਪੈ ਸਕਦੀ ਹੈ, ਯਾਨੀ ਕਿ ਪੂਰਾ ਜੂਨ ਮਹੀਨਾ, ਕਿਉਂਕਿ ਜੂਨ ਮਹੀਨੇ ਦੇ ਵਿੱਚ ਅਦਾਲਤ ਵੀ ਬੰਦ ਰਹਿੰਦੀ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਡਿਵੀਜ਼ਨ ਬੈਂਚ ਨੇ ਜ਼ਮਾਨਤ ਦੇ ਲਈ ਮਜੀਠੀਆ ਦੀ ਪਟੀਸ਼ਨ ਤੇ ਦਲੀਲਾਂ ਸੁਣਨ ਤੋਂ ਬਾਅਦ ਆਪਣਾ ਫੈਸਲਾ ਰਾਖਵਾਂ ਰੱਖ ਲਿਆ ਸੀ ਤੇ ਹੁਣ 30 ਜੂਨ ਤੋਂ ਬਾਅਦ ਹੀ ਸ਼ਾਇਦ ਇਸ ਪਟੀਸ਼ਨ ਤੇ ਸੁਣਵਾਈ ਹੋ ਸਕੇਗੀ। ਕਾਂਗਰਸ ਦੇ ਸੀਨੀਅਰ ਲੀਡਰ ਅਤੇ ਪੰਜਾਬ ਦੇ ਸਾਬਕਾ ਡਿਪਟੀ CM ਬੀਜੇਪੀ ਦੇ ਵਿੱਚ ਸ਼ਾਮਿਲ ਨਹੀਂ ਹੋਣਗੇ, ਕਾਂਗਰਸ ਦੇ ਹੀ ਯੋਧੇ ਬਣੇ ਰਹਿਣਗੇ। ਇਹ ਉਹਨਾਂ ਨੇ ਆਪ ਬਿਆਨ ਦਿੱਤਾ ਹੈ। OP ਸੋਨੀ ਨੇ ਕਾਂਗਰਸ ਪਾਰਟੀ ਨੂੰ ਛੱਡਣ ਦੀਆਂ ਖਬਰਾਂ ਦਾ ਖੰਡਨ ਕੀਤਾ ਹੈ। ਉਹਨਾਂ ਨੇ ਕਿਹਾ ਕਿ ਮੈਂ ਕਾਂਗਰਸ ਦਾ ਸਿਪਾਹੀ ਬਣ ਕੇ ਰਹਾਂਗਾ, ਛੱਡਾਂਗਾ ਨਹੀਂ, ਮੈਂ ਕਾਂਗਰਸ ਦਾ ਵਫ਼ਾਦਾਰ ਵਰਕਰ ਹਾਂ, ਅੱਗੇ ਵੀ ਪਾਰਟੀ ਦੀ ਸੇਵਾ ਕਰਦਾ ਰਹੂੰਗਾ। OP ਸੋਨੀ ਦੀ ਬੀਜੇਪੀ ਦੇ ਵਿੱਚ ਜਾਣ ਦੇ ਚਰਚੇ ਚੱਲ ਰਹੇ ਸੀ, ਜਿਸ ਦਰਮਿਆਨ ਉਹਨਾਂ ਨੇ ਸਪਸ਼ਟੀਕਰਨ ਦਿੱਤਾ। ਚੰਡੀਗੜ੍ਹ ਦੇ ਵਿੱਚ ਹੁਣ ਗੈਰ ਕਾਨੂੰਨੀ ਹੋਰਡਿੰਗਸ ਲਾਉਣ ਵਾਲਿਆਂ ਦੇ ਖਿਲਾਫ਼ ਕਾਰਵਾਈ ਹੋਵੇਗੀ। ਨਗਰ ਨਿਗਮ ਚੰਡੀਗੜ੍ਹ ਦੇ ਕਮਿਸ਼ਨਰ ਅਨੰਦਤਾ ਮਿੱਤਰਾ ਨੇ ਇਸ ਸਖਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਨੇ। ਕਮਿਸ਼ਨਰ ਨੇ ਹੁਕਮ ਦਿੱਤੇ ਨੇ ਕਿ ਸ਼ਹਿਰ ਦੇ ਵਿੱਚ ਜੇ ਕੋਈ ਉਲੰਘਣਾ ਕਰਦਾ ਹੈ ਤਾਂ ਉਸਦੇ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ। ਚੰਡੀਗੜ੍ਹ ਸੜਕ ਸੁਰੱਖਿਆ ਅਤੇ ਸੁੰਦਰਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਹੁਕਮ ਜਾਰੀ ਕੀਤੇ ਗਏ ਨੇ ਚੰਡੀਗੜ੍ਹ ਦੇ ਕਮਿਸ਼ਨਰ ਦੇ ਵੱਲੋਂ। ਉੱਤਰਾਖੰਡ ਤੋਂ ਖਬਰ ਹੈ ਜਿੱਥੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਚੰਪਾਵਤ ਵਿਧਾਨ ਸਭਾ ਜ਼ਿਮਨੀ ਚੋਣ ਵਿੱਚ ਆਪਣੀ ਨੇੜਲੀ ਵਿਰੋਧੀ ਕਾਂਗਰਸ ਦੀ ਨਿਰਮਲਾ ਗਹਿਤੋੜੀ ਨੂੰ 55,000 ਤੋਂ ਵੱਧ ਵੋਟਾਂ ਨਾਲ ਹਰਾ ਕੇ ਰਿਕਾਰਡ ਜਿੱਤ ਦਰਜ ਕੀਤੀ ਹੈ। ਚੰਪਾਵਤ ਜ਼ਿਲ੍ਹਾ ਚੋਣ ਅਫਸਰ ਮੁਤਾਬਿਕ ਮੁੱਖ ਮੰਤਰੀ ਨੂੰ 13 ਗੇੜਾਂ ਦੀ ਗਿਣਤੀ ਵਿੱਚ 57,268 ਵੋਟਾਂ ਮਿਲੀਆਂ। ਉਹਨਾਂ ਦੇ ਵਿਰੁੱਧ ਚੋਣ ਲੜਨ ਵਾਲੇ ਕਾਂਗਰਸ ਸਮੇਤ ਸਾਰੇ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ ਤੇ ਮੁੱਖ ਮੰਤਰੀ ਦੀ ਸ਼ਾਨਦਾਰ ਜਿੱਤ ਹੋਈ ਹੈ।
कर्नाटका तो एक वड्डे हादसे की खबर है जिथे कलबुर्गी जिले के कमलपुरा कस्बे दे विच शुक्रवार तड़के सड़क हादसे विच अग लगन कारण निजी बस विच सवार 7 यात्रियों की सड़न नाल मौत हो गई। बस से टैंपू की टक्कर तो बाद बस नूं अग लग गई। गोवा तो हैदराबाद जा रही बस विच 29 यात्री सवार सन। 22 सवारियां तो बस विचों निकलण चो कामयाब हो गई पर बाकी दियां अंदर ही सड़ गई। अग लगन कारण बस भी पूरी तरह के नाल सड़ के सुआह हो गई। RSS के मुखी मोहन भागवत ने कहा है कि हरेक मसीत थले शिवलिंग क्यों लभना की लोड़ है। अज ज्ञान वापी का मुद्दा चल रहा है पर एक इतिहास तो है, वह इतिहास ना तो हिंदू कहाण वाले ने बनाया ना ही मुसलमाना ने बनाया। मोहन भागवत एक ट्रेनिंग कैंप दे विच बोल रहे सी, कहिंदे इतिहास नूं ना तो अज दे हिंदू बदल सकते ने ना ही अज दे मुसलमान बदल सकते ने। ते कहिंदे उन्होंने एक यह भी वड्डा बयान दिता है कि संघ यानी कि RSS अगे तो मंदिरां नूं लैके कोई अंदोलन नहीं करेगा। एक कहिंदे राम जन्म भूमि का अंदोलन सी जिसनूं असीं अपने सुभाअ दे उल्ट किसी इतिहासिक कारण करके जितया, असीं उसदा काम पूरा किया उहदे विच शामिल होए पर हुण संघ अगे तो मंदिरां नूं लैके कोई अंदोलन नहीं करेगा। असी झगड़ा क्यों वधाउणा है? ठीक है, ज्ञान वापी दे बारे साडी शरदा है, असी कुछ कर रहे हां पर हरेक मसीत दे थले शिवलिंग क्यों लभणा? उन्हां दे इस बयान दे विच भी बड़ी चलाकी है। उह कहिंदे ने कहण दा मतलब है कि उंज तां हरेक मसीत दे थले शिवलिंग है पर असी क्यों लभणा। कहिंदे ज्ञान वापी दे नाल भी साडी शरदा है पर असी कुछ कर रहे हां पर हरेक मसीत दे थले शिवलिंग लभ के असी लड़ाई नहीं वधाउणी। उहनां दे कहण दा मतलब इह वी हो सकदा है कि हैगा तां है पर असी लड़ाई नहीं वधाउणी। ED ने मनी लॉन्ड्रिंग मामले दे विच कांग्रेस लीडर राहुल गांधी नूं 13 जून नूं पेश होण दे लई ताज़ा समन जारी किया है। जम्मू कश्मीर तो खबर है जिथे वादी विच असुरक्षा की भावना कारण प्रवासी कश्मीरी पंडित कर्मचारी परिवारां दे सणे हुण जम्मू वल नूं तुर पए ने। टारगेट किलिंग्स तों नाराज़ ते निराश वड्डी गिणती विच प्रवासी कश्मीरी पंडितां वीरवार रात नूं जम्मू वाल नूं चाले पा दिते। इस कारण ट्रांजिट कैंप उजाड़ नजर आए। पंडितां ने सरकार ते मुलाजमां नूं वड्डे पद्धर ते हिजरत करन लई मजबूर करन दा दोष भी लाया। बड़काम दे शेखपुरा ट्रांजिट कैंप दे विच 400 कर्मचारियों दे नाल इंजीनियर अश्विनी साधु ने कहा कि मैं अपने परिवार समेत वीरवार रात नूं उत्थों निकलिया क्योंकि उत्थे कोई भी सुरक्षित नहीं है। कैंप दे 80% तों वध कर्मचारी जम्मू दे लई रवाना हो गए ने। उन्होंने दस्सिया कि सिर्फ वह लोग पिछे रह गए ने जिन्हां नूं अपने स्कूली बच्चों के मुद्दों सुलझाना सी। असी ऑनलाइन क्लासां जां जम्मू दे स्कूलां विच बच्चें दे प्रवास लई प्रवानगी लैण लई स्कूल प्रशासन दे संपर्क दे विच हां पर हुण असी उस कैंप दे विच नहीं रहांगे। अमरीका दे विदेश मंत्री एंटनी बलिंकन ने एक बार फिर एक वड्डा बयान दिता है भारत नूं लैके। कहिंदे भारत विच लोकां दे नाल नाल धार्मिक स्थानां उत्ते भी हमले वध रहे ने। घट गिणती लोकां ते भी हमले हो रहे ने, उहनां दे धार्मिक स्थानां ते भी हमले हो रहे ने। उहनां भरोसा दिता कि अमरीका दुनिया भर विच धार्मिक आजादी लई अपनी आवाज़ बुलंद करदा रहेगा। एंटनी ने कहा कि पाकिस्तान अफगानिस्तान अते चीन समेत होर एशियाई देशां दे विच भी घट गिणती भाईचारे दे लोकां ते औरतां नूं निशाना बनाया जा रहा है। बलिंकन ने सलाना अंतरराष्ट्रीय धार्मिक आजादी रिपोर्ट जारी करन दौरान पत्रकारां नूं कहा कि असीं दुनिया भर दे विच अपनी आवाज़ बुलंद करनी जारी रखांगे। धार्मिक आजादी दे लई असीं अजिहा करन लई होर सरकारां बहुपक्षी संस्थावां ते नागरिकां दे नाल काम जारी रखांगे। साडा मुख्य उद्देश यकीनी बनाउणा है कि सारे लोकां नूं अध्यात्मिक परंपरा की पालना करन दी आजादी होवे। उहनूं इह आजादी होवे कि उहने किहड़े धर्म नूं मनणा है, जिहड़े धर्म नूं उहदा जी करे मनण नूं उहनूं उह मन सके, इस ते असीं पूरे पक्षी हाँ। उन्होंने कहा कि मिसाल वजो भारत दुनिया का सब तो वड्डा लोकतंत्र है जिथे कई धर्मां दे लोक रहिंदे ने, उत्थे लोकां ते धार्मिक स्थानां ते वधदे हमले हो रहे ने पर असीं इन्हां हमलियां दे खिलाफ आवाज़ चुकदे रहांगे। जांदियां दे बुलेटिन दे विच इक होर खबर तुहानूं दस दिंदे आ कि दिल्ली हाई कोर्ट ने हवाई अड्डियां ते हवाई जहाज़ां ते मास्क पहनण अते हाथ धोण नाल संबंधित नियमां दी उलंघना करन वाले यात्रियों विरुद्ध सख्त कार्रवाई करन दे निर्देश दिते ने। यानी कि जे तुसीं हवाई अड्डे ते हो जां फिर हवाई जहाज़ दे विच बैठे हो, जे तुसीं मास्क नहीं पाउंदे तां तुहाडे खिलाफ सख्त कार्रवाई हो सकदी है। हाईकोर्ट ने इसके हुक्म दिते ने। अदालत ने यह भी कहा कि COVID-19 महामारी खत्म नहीं हुई, लगातार अपना सिर चुक रही है ते रोकथाम दे लिए अजिहा करना बहुत जरूरी है। अदालत का यह फैसला उस समय दरमियान आया है जदों कांग्रेस प्रधान सोनिया गांधी समेत कई कांग्रेस पार्टी के लीडर ने जिहड़े कोरोना पॉजिटिव पाए गए ने। शुक्रवार को प्रियंका गांधी वाड्रा के भी कोरोना पॉजिटिव होने की खबर मिली। अदालत ने कहा कि COVID-19 की रोकथाम नाल संबंधित नियमों की उलंघना करने वाले खिलाफ ना सिर्फ केस दर्ज होवे सगों उन्हां नूं जुर्माना भी किया जाए। अदालत ने कहा अजिहे लोगों नो फाई की सूची दे विच पा देना चाहिए। एमरजेंसी बुलेटिन दे विच तुहाडे सब तो इजाजत चाहुंदे हां। तुसीं सारे अपना ध्यान रखियो। सवेर दीआं खबरां च फिर मिलांगे। धन्नवाद।